ਸੋ ਆਸਟ੍ਰੇਲੀਆ ਨੂੰ ਲੈ ਕੇ ਫਾਈਨਲੀ ਚੰਗੀਆਂ ਨਿਊਜ਼ ਵੀ ਆ ਰਹੀਆਂ ਨੇ ਹੁਣ ਕਿ ਰਿਜ਼ਲਟ ਜਿਹੜੇ ਆ ਰਹੇ ਨੇ ਉਸ 'ਚ ਕਾਫੀ ਪੋਜ਼ਿਟਿਵਿਟੀ ਦੇਖੀ ਜਾ ਰਹੀ ਹੈ ਚੰਗਾ ਆਪਾਂ ਸਕਸੈਸਫੁਲ ਦੇਖ ਪਾ ਰਹੇ ਹਾਂ ਆਸਟ੍ਰੇਲੀਆ ਨੂੰ ਲੈ ਕੇ ਸੋ ਕਿਸ ਤਰ੍ਹਾਂ ਦੀਆਂ ਇਹ ਪ੍ਰੋਫਾਈਲਸ ਨੇ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਸਟੂਡੈਂਟਸ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਅਜੇ ਇਨਫੋਰਮੇਸ਼ਨ ਜ਼ਰੂਰ ਸਾਂਝੀ ਕਰਾਂਗੇ ਕਿਹੜੇ ਸਟੂਡੈਂਟਸ ਨੇ ਕਿਹੜੀ ਪ੍ਰੋਫਾਈਲ ਵਾਲੇ ਸਟੂਡੈਂਟਸ ਨੇ ਕਿਹੜੇ ਟੰਗ ਨਾਲ ਅਪਲਾਈ ਕੀਤਾ ਤੇ ਵੀਜ਼ਾ ਉਹਨਾਂ ਦਾ ਲੱਗ ਚੁਕਿਆ ਹੈ ਤਾਂ ਕਿ ਬਾਕੀ ਸਟੂਡੈਂਟਸ ਵੀ ਜਿਹੜੇ ਸ ਸਵਾਗਤ ਹੈ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਅੱਜ ਸਾਰੀ ਇਨਫੋਰਮੇਸ਼ਨ ਤੁਹਾਡਾ ਨਾਲ ਸਾਂਝੀ ਕਰਨਗੇ ਫਰੰਟੀਰਾ ਇਮੀਗ੍ਰੇਸ਼ਨਸ ਤੋਂ ਅਬ੍ਰੋਡ ਐਜੂਕੇਸ਼ਨ ਐਡਵਾਈਜ਼ਰ ਕੀਰਤੀ ਜੈਨ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਕਿਰਤੀ ਚੰਗੀ ਨਿਊਜ਼ ਫਾਈਨਲੀ ਆਪਾਂ ਦੇਖ ਰਹੇ ਆ ਚੰਗੇ ਰਿਜ਼ਲਟ ਵੀ ਆਸਟ੍ਰੇਲੀਆ ਤੋਂ ਆ ਰਹੇ ਨੇ ਸੋ ਪ੍ਰੋਫਾਈਲ ਜਿਹੜੇ ਮੈਂ ਇੱਥੇ ਗੱਲ ਕਰਾਂ ਮੈਂ ਜ਼ਰੂਰ ਚਾਹੂੰਗੀ ਤੁਸੀਂ ਥੋੜਾ ਜ਼ਰੂਰ ਐਕਸਪਲੇਨ ਕਰੋ ਸਟੂਡੈਂਟਸ ਨੂੰ ਜਿਹੜੇ ਵੀਡੀਓ ਦੇ ਨਾਲ ਆਪਣੇ ਜੁੜੇ ਹੋਏ ਨੇ ਕਿਸ ਤਰ੍ਹਾਂ ਦੀ ਪ੍ਰੋਫਾਈਲ ਸੇ ਆਪਾਂ ਚੰਗੇ ਰਿਜ਼ਲਟ ਹੁੰ ਦੇਖ ਰਹੇ ਆ ਬਿਲਕੁਲ ਸਾਲ ਦਾ ਲਾਸਟ ਇਨਟੇਕ ਜਿਹਨੂੰ ਆਪਾਂ ਕਹੋਗੇ ਨਵੰਬਰ ਇਨਟੇਕ ਆਸਟ੍ਰੇਲੀਆ ਦਾ ਚੱਲ ਰਿਹਾ ਹੈ ਵਿੱਚ ਬਹੁਤ ਜ਼ਿਆਦਾ 네ਗੇਟਿਵ ਰਿਜ਼ਲਟ ਰਿਹਾ ਹੈ ਬੱਚੇ ਬਹੁਤ ਨਿਰਾਸ਼ ਵੀ ਰਹੇ ਆ ਬਟ ਬਿਲਕੁਲ ਜਿਵੇਂ ਕਿ ਆਪਾਂ ਸ਼ੁਰੂਆਤ 'ਚ ਸ਼ੁਰੂ ਹੋ ਚੁੱਕੀ ਹੈ ਲਾਸਟ ਇਨਟੇਕ ਹੈ ਤੇ ਵੀਜ਼ਾ ਸਕਸੈਸ ਰੇਟ ਵੀ ਉਨਾ ਹੀ ਵਾਦੂ ਹੁਣ ਚੱਲ ਰਿਹਾ ਹੈ ਬਟ ਯੇ ਜਦੋਂ ਵੀ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਆਂ ਆਸਟ੍ਰੇਲੀਆ ਹਮੇਸ਼ਾ ਹੀ ਇੱਕ ਕੁਆਲਟੀ ਸਟੂਡੈਂਟ ਨੂੰ ਪਿਕ ਕਰਦਾ ਹੈ ਸੋ ਸੇਮ ਅਗੇਨ ਇੱਕ ਲੇਟੈਸਟ ਸਟੂਡੈਂਟ ਜਿਹਨੇ ਰੀਸੈਂਟ ਪਾਸ ਆਊਟ ਹੈ ਕੋਰਸ ਜਿਹੜਾ ਹੈਗਾ ਉਹ ਰੈਲੇਵੈਂਟ ਲੀਤਾ ਹੈ ਤੇ ਨਾਲੇ ਡਿਊਰੇਸ਼ਨ ਜਿਸ ਦੀ 2 ਤੇ 3 ਸਾਲ ਦੀ ਹੈ ਡਿਗਰੀ ਪ੍ਰੋਗਰਾਮਸ ਲੀਤੇ ਆ ਉਹਨਾਂ ਦੇ ਵੀਜ਼ੇ ਇਸ ਟਾਈਮ ਤੇ ਆ ਰਹੇ ਨੇ ਤੇ ਇੱਕ ਹੋਰ ਗੱਲ ਚੈੱਕ ਕਰਨ ਵਾਲੀ ਹੈ ਦੇਖਣ ਵਾਲੀ ਹੈਗੇ ਕਿ ਜਿਨ੍ਹਾਂ ਸਟੂਡੈਂਟ ਦੇ ਆਪਾਂ ਫੰਡ ਦੀ ਹਮੇਸ਼ਾ ਜਦੋਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਫੰਡ ਦੇ ਬਾਰੇ ਜ਼ਰੂਰ ਗੱਲ ਕਰਦੇ ਆ ਤਾਂ ਹਰ ਬੱਚਾ ਜਾਣਦਾ ਹੈ ਜਾਂ ਪੇਰੈਂਟਸ ਉਹਨਾਂ ਨੂੰ ਪਤਾ ਹੈ ਕਿ ਜਦੋਂ ਆਪਾਂ ਆਸਟ੍ਰੇਲੀਆ ਵਿੱਚ ਫਾਈਲ ਲਾਉਂਦੇ ਆ ਤੇ ਆਪਾਂ ਨੂੰ ਫੰਡ ਜਿਹੜੇ ਉਹ ਘੱਟੋ ਘੱਟ 3 ਮਹੀਨੇ ਪੁਰਾਣੇ ਚਾਹੀਦੇ ਆ ਬਟ ਹੁਣ ਇਹ ਦੇਖਣ ਨੂੰ ਆਇਆ ਕਿ ਜਿਨ੍ਹਾਂ ਬੱਚਿਆਂ ਨੇ ਐਜੂਕੇਸ਼ਨ ਲੋ ਕਰਕੇ ਇਕਦਮ ਤੋਂ ਨਵੇਂ ਫੰਡ ਵੀ ਸ਼ੋ ਕੀਤੇ ਹਨ ਉਹਨਾਂ ਦੇ ਵੀ ਵੀਜ਼ੇ ਆ ਰਹੇ ਇਟ ਮੀਨਸ ਜਿਨ੍ਹਾਂ ਨੇ ਪ੍ਰੋਪਰ ਜਸਟੀਫਿਕੇਸ਼ਨ ਨਾਲ ਆਪਣੀ ਡਾਕੂਮੈਂਟੇਸ਼ਨ ਲਈ ਹੈ ਉਹਨਾਂ ਦੇ ਵੀ ਵੀਜ਼ਾ ਦੇਖਣ ਨੂੰ ਮਿਲ ਰਹੇ ਹਨ ਤੇ ਨਾਲੇ ਜੇ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ ਕੋਰਸਸ ਦੇ ਵੀਜ਼ੇ ਆ ਰਹੇ ਨੇ ਸੋ ਆਈਟੀ ਪ੍ਰੋਗਰਾਮਸ ਹੈਲਥ케ਅਰ ਦੇ ਪ੍ਰੋਗਰਾਮ ਤੇ अर्ਲੀ ਚਾਈਲਡਹੂਡ ਪ੍ਰੋਗਰਾਮ ਜਿਹੜੇ ਜਿੰਨਾਂ ਬੱਚਣ ਲਈਤੇ ਇਹਨਾਂ ਦਾ ਵੀਜ਼ਾ ਬਹੁਤ ਜ਼ਿਆਦਾ ਆ ਰਹੇ ਠੀਕ ਹੈ ਬਿਲਕੁਲ ਸਹੀ ਗੱਲ ਹੈ ਤੇ ਜ਼ਰੂਰ ਸਟੂਡੈਂਟਸ ਇਹਨਾਂ ਸਾਰੀ ਗੱਲਾਂ ਤੇ ਫੋਕਸ ਕਰਨ ਅਗਰ ਤੁਸੀਂ ਹਲੇ ਵੀ ਸੋਚ ਰਹੇ ਹੋ ਕਿ ਅਸੀਂ ਅਪਲਾਈ ਕਰਨਾ ਹੈ ਤਾਂ ਮੈਂ ਅਖੀਰਤੀ ਇਥੇ 22 ਪਾਸਰ ਸਟੂਡੈਂਟਸ ਦੀ ਹੁਣ ਮੈਂ ਲਗਾਤਾਰ ਇਸ ਹਫਤੇ ਤੋਂ ਜੋ ਹੈ ਗੱਲ ਕਰ ਰਹੀਆਂ ਵੀਡੀਓਜ਼ ਵਿੱਚ ਅਲੱਗ-ਅਲੱਗ ਅਪਡੇਟਸ ਸਾਂਝੇ ਕਰ ਰਹੀਆਂ ਹਲੇ ਗੁੰਜਾਇਸ਼ ਹੈ 22 ਪਾਸਆਉਟ ਵਾਲਿਆਂ ਦੀਆਂ ਜਿਨ੍ਹਾਂ ਨੇ ਆਲਰੇਡੀ ਫਾਈਲ ਲਗਾਈ ਹੋਈ ਹੈ ਕਿ ਉਹਨਾਂ ਦੇ ਪ੍ਰੋਸੈਸ ਟਾਈਮਲੀ ਹੋ ਰਿਹਾ ਔਰ ਕਿੰਨੀ ਕੁ ਹੋਪ ਆਪਾਂ ਰੱਖ ਸਕਦੇ ਹਾਂ 22 ਪਾਸਆਉਟ ਪ੍ਰੋਫਾਈਲਜ਼ ਦੇ ਉੱਪਰ ਚੰਗੇ ਰਿਜ਼ਲਟ ਦੀ ਬਿਲਕੁਲ 2022 ਪਾਸ ਆਊਟ ਹੀ ਜ਼ਿਆਦਾ ਕੀਮਤੀ ਹੈ ਤੇ ਆਪਾਂ ਗੱਲ ਕਰੇ ਗੁੰਜਾਇਸ਼ ਦੇ ਬਿਲਕੁਲ ਜਿਨ੍ਹਾਂ ਦੀ ਡਾਕੂਮੈਂਟੇਸ਼ਨ ਰੈਡੀ ਹੈ ਜਿਨ੍ਹਾਂ ਕੋਲ ਫੰਡਸ ਅਵੇਲੇਬਲ ਹੋਣ ਭਾਵੇਂ ਪੁਰਾਣੇ ਹੋਣ ਜਾਂ ਪ੍ਰੋਪਰ ਜਸਟੀਫਿਕੇਸ਼ਨ ਨਾਲ ਰੀਸੈਂਟ ਫੰਡਸ ਵੀ ਹੈਗੇ ਆ फीस पे ਕਰਨ ਨੂੰ ਰੈਡੀ ਨੇ ਸੋ ਉਹ ਬੱਚੇ ਹਜੇ ਵੀ ਆਸ ਕਰ ਸਕਦੇ ਕਿ ਨਵੰਬਰ ਇਨਟੈਕ ਦੇ ਵਿੱਚ ਜਾ ਸਕਦੇ ਐ ਬਟ ਯੈਸ ਜਿਹੜੇ ਬੱਚੇ ਹਜੇ ਅਪਲਾਈ ਕਰਨ ਦੀ ਸੋਚ ਰਹੇ ਫਾਰਮੈਲਿਟੀਜ਼ ਦਾ ਕੁਝ ਨਹੀਂ ਪਤਾ ਇਹ ਵੀ ਨਹੀਂ ਪਤਾ ਆਪਾਂ ਟਿਊਸ਼ਨ ਫੀਸ ਕਿੱਥੋਂ ਅਰੇਂਜ ਕਰਨੀ ਹੈ ਕਿੱਦਾਂ ਅਰੇਂਜ ਕਰਨੀ ਹੈ ਫੋਰ ਸੁੰਨਣ ਲਈ ਕੋਈ ਵੀ ਚਾਂਸ ਨਹੀਂ ਹੈਗਾ ਬਟ ਜਿਹੜੇ ਬੱਚੇ ਚਲੋ ਕਿਸੇ ਵੀ ਕਰ ਅਪਲਾਈ ਨਹੀਂ ਕਰ ਸਕੇ ਬਟ ਉਹਨਾਂ ਕੋਲ ਪਤਾ ਹੈ ਕਿ ਡਾਕੂਮੈਂਟੇਸ਼ਨ ਸਾਡੀ ਰੈਡੀ ਹੈ ਜੀ ਫੰਡ ਸਾਡੇ ਰੈਡੀ ਹੈ ਟਿਊਸ਼ਨ ਫੀਸ ਵੀ ਆਪਾਂ ਪੇ ਕਰ ਦੂਗੇ ਉਹ ਬੱਚੇ ਹਜੇ ਵੀ ਉਮੀਦ ਰੱਖ ਸਕਦੇ ਐ ਸੋ ਬਿਲਕੁਲ ਦੇਰੀ ਨਾ ਕਰੋ ਕਿਉਂਕਿ ਜੀ ਵੀਟੀ ਪ੍ਰੋਸੈਸ ਬਹੁਤ ਜ਼ਿਆਦਾ ਟਾਈਮ ਲੈਂਦਾ ਹੈ ਬਟ ਹੁਣ ਆਸਟ੍ਰੇਲੀਆ ਨੇ ਚੰਗੇ ਰਿਜ਼ਲਟ ਦੇਣੇ ਸ਼ੁਰੂ ਕਰ ਦਿੱਤੇ ਆ ਸੋ ਆਫਕੋਰਸ ਘੱਟ ਟਾਈਮ ਵਿੱਚ ਤੁਸੀਂ ਇਸ ਚੀਜ਼ ਦਾ ਬੈਨੀਫਿਟ ਚੱਕ ਸਕਦੇ ਹੋ ਸੋ ਮੇਕ ਸ਼ੋਰ ਕਿ ਅੱਜ ਹੀ ਅਪਲਾਈ ਕਰੋ ਤਾਂ ਕਿ ਟਾਈਮਲੀ ਅਪਲਾਈ ਕਰਕੇ ਤੁਸੀਂ ਵੀ ਆਪਣੀ ਸੀਟ ਜਿਹੜੀ ਉਹ ਸਿਕਿਉਰ ਕਰ ਸਕਦੇ ਹੋ ਨਵੰਬਰ ਠੀਕ ਹੈ ਬਿਲਕੁਲ ਸੋ ਇੱਥੇ ਜੀਟੀਈ ਨੂੰ ਲੈ ਕੇ ਜਿਹੜੇ ਸਵਾਲ ਬਣੇ ਹੋਏ ਨੇ ਕੀ ਤੁਸੀਂ ਤੁਹਾਡੇ ਕੋਲ ਵੀ ਅਕਸਰ ਸਵਾਲ ਹੋਣੇ ਹੀ ਤੇ बार-बार ਸਟੂਡੈਂਟ ਦੇ ਵੀ ਸਾਡੇ ਕੋਲ ਸਵਾਲ ਆਉਂਦੇ ਨੇ ਮੈਂ ਇੱਥੇ ਜ਼ਰੂਰ ਤੁਹਾਡੇ ਤੋਂ ਜਾਨਣਾ ਚਾਹੂੰਗੀ ਸਟੂਡੈਂਟ ਪੁਆਇੰਟ ਆਫ View ਤੋਂ ਹਾਲਾਂਕਿ ਆਪਾਂ ਪਹਿਲਾਂ ਵੀ ਕਈ ਵੀਡੀਓਜ਼ ਇਸ ਤੇ ਬਣਾਈਆਂ ਨੇ ਪਰ ਮੋٹے ਤੌਰ ਤੇ ਅਗਰ ਆਪਾਂ ਗੱਲ ਕਰੀਏ ਕਿੰਨਾ ਪ੍ਰੋਫਾਈਲ ਸੇ ਡਿਲੇ ਜ਼ਿਆਦਾ ਵੇਖਿਆ ਜਾ ਰਿਹਾ ਹੈ ਅ ਪ੍ਰੋਫਾਈਲ ਦੀ ਡਿਲੇਸ ਦੀ ਗੱਲ ਕਰਦੇ ਆ ਬੇਸਿਕਲੀ ਜਦੋਂ ਵੀ ਆਪਾਂ ਜੀਟੀ ਦੀ ਗੱਲ ਕਰਦੇ ਆ ਯੂਨੀਵਰਸਿਟੀਜ਼ ਦੀ ਤਾਂ ਜੀਟੀ ਓਵਰঅল ਕਈ ਵਾਰੀ ਯੂਨੀਵਰਸਿਟੀ ਨਾਰਮਲੀ ਹੀ ਰਿਜ਼ਲਟ ਲੇਟ ਦਿੰਦੀ ਹੈ ਜਾਂ ਪ੍ਰੋਸੈਸ ਨੂੰ ਬਹੁਤ ਲੇਟ ਕਰਦੀ ਹੈ ਤੇ ਉਹਦੇ ਵਿੱਚ ਪ੍ਰੋਫਾਈਲ ਨਹੀਂ ਆਉਂਦੀ ਬਟ ਯੈਸ ਜਦੋਂ ਆਪਾਂ ਇਨਟੇਕ ਦੀ ਗੱਲ ਕਰਦੇ ਆ ਜਾਂ ਬੱਚੇ ਦੇ ਰੀਸੈਂਟ ਪਾਸਵਰਡ ਦੀ ਗੱਲ ਕਰਦੇ ਆ 23 ਜਿਹੜਾ ਪਾਸ ਆਊਟ ਸਟੂਡੈਂਟ ਹੈ ਉਹਨੂੰ ਕਿਸੇ ਵੀ ਤਰ੍ਹਾਂ ਤੁਸੀਂ ਲਾ ਲਓ ਯੂਨੀਵਰਸਿਟੀ ਵੈਲਿਊ ਦਿੰਦੀ ਦਿੰਦੀ ਹੈ ਉਹਨਾਂ ਦੇ ਪ੍ਰੋਸੈਸ 'ਚ ਮੈਂ ਕਹਾਂਗੀ ਜੇ ਆਪਾਂ ਕੰਪੇਅਰ ਕਰਦੇ ਹਾਂ 22 ਪਾਸ ਆਊਟ ਨਾਲ ਤੇ ਹਾਰਡਲੀ ਹੀ 10-15 ਦਿਨ ਵਿੱਚ ਉਹਨਾਂ ਦੀ ਜੀਟੀ ਜਿਹੜੀ ਉਹ ਕਲੀਅਰ ਹੋ ਰਹੀ ਹੈ ਕਿਉਂਕਿ ਯੂਨੀਵਰਸਿਟੀਆਂ ਜਿਹੜੀਆਂ ਉਹ ਹਮੇਸ਼ਾ ਹੀ ਕ੍ਰੀਮ ਸਟੂਡੈਂਟਾਂ ਪਿਕ ਕਰਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਬੱਚਾ ਰੀਸੈਂਟ ਪਾਸ ਆਊਟ ਹੈ ਪਰਸੈਂਟੇਜ ਵੀ ਵਧੀਆ ਹੈ ਆਇਲਸ ਵਿੱਚ ਵੀ ਵਧੀਆ ਬੈਂਡ ਲੀਤੇ ਤੇ ਬੈਕਗ੍ਰਾਉਂਡ ਵੀ ਸਟਰੋਂਗ ਹੈ ਤਾਂ ਆਫਕੋਰਸ ਕੋਈ ਰੀਜ਼ਨ ਹੀ ਨਹੀਂ ਬਣਦਾ ਕਿ ਉਹਨਾਂ ਦੀ ਜੀਟੀ ਵਿੱਚ ਉਹ ਡਿਲੇ ਕਰ ਸਕਣ ਜਿਹੜ ਦਨੀ ਹੈਗਾ ਜੀ ਗੈਪ ਕਿਉਂ ਹੈਗਾ ਤੇ ਆਲਸ ਵਿੱਚ ਵੀ ਪੂਰੇ ਪੂਰੇ ਸਕੋਰ ਨੇ ਜਾਂ ਪਰਸੈਂਟੇਜ ਦੀ ਆਪਾਂ ਗੱਲ ਕਰਦੇ ਆ 60% ਨੇ ਸੋ ਆਫਕੋਰਸ ਉਹਦੇ ਵਿੱਚ ਯੂਨੀਵਰਸਿਟੀ ਜਦੋਂ ਕੰਪੈਰੀਜ਼ਨ ਤੇ ਆਉਂਦੀ ਹੈ ਤਾਂ ਆਫਕੋਰਸ ਜਿਹੜਾ 23 ਪਾਸ ਆਊਟ ਸਟੂਡੈਂਟ ਹੈ ਉਹਨੂੰ ਜ਼ਿਆਦਾ ਵੈਲਿਊ ਮਿਲਦੀ ਹੈ ਬਟ ਯੈਸ ਜੇ ਆਪਾਂ ਜੀਟੀ ਦੀ ਵੀ ਗੱਲ ਕਰਦੇ ਹੁਣ ਉਸ ਚੀਜ਼ ਦਾ ਪ੍ਰੋਸੈਸ ਵੀ ਬਹੁਤ ਫਾਸਟ ਹੋ ਚੁੱਕਾ ਹੈ ਕਿਉਂਕਿ ਯੂਨੀਵਰਸਿਟੀਆਂ ਨੂੰ ਪਤਾ ਹੈ ਜੇ ਆਪਾਂ ਇਸ ਸਾਲ ਦੀ ਗੱਲ ਕਰਦੇ ਆ ਨਵੰਬਰ ਇਨਟੈਕ ਸਾਡੇ ਕੋਲ ਲਾਸਟ ਹੈ ਤੇ ਜਿੰਨੀ ਸੀਟ ਆਫ ਫਿਲ ਕਰ ਸਕਦੇ ਆ ਇਸ ਟਾਈਮ ਡੈਫੀਨਿਟਲੀ ਕਰ ਰਹੇ ਆ ਹਮੇਸ਼ਾ ਤੇ ਤੁਸੀਂ ਅਪਲਾਈ ਕਰੋਗੇ ਉਹ niche ਤੇ ਹੀ ਤੁਹਾਨੂੰ ਰਿਸਪੌਂਸ ਜਿਹੜਾ ਮਿਲੂਗਾ ਸੋ ਮੇਕ ਸ਼ੋਰ ਤੁਸੀਂ ਜੇ 22 ਪਾਸ ਆਊਟ ਹੋ ਤੁਹਾਡੇ ਲਈ ਤਾਂ ਲਾਸਟ ਚਾਂਸ ਹੈ ਹੀ ਹੈ ਜਿਹੜਾ ਤੁਸੀਂ ਗਵਾ ਨਹੀਂ ਸਕਦੇ ਬਟ ਜੇ ਤੁਸੀਂ 23 ਪਾਸ ਆਊਟ ਹੋ ਅਗਲਾ ਸਾਲ ਫੇਰ ਆ ਰਿਹਾ ਹੈ ਫਿਰ ਇੱਕ ਨਈ ਪਾਸ ਆਊਟ ਕਲਾਸ ਹੈ ਜਿਹੜੀ ਆਜੂਗੀ ਸੋ ਜੇ ਤੁਸੀਂ ਕੰਪੀਟੀਸ਼ਨ ਦਾ ਪਾਰਟ ਨਹੀਂ ਬਣਨਾ ਚਾਹੁੰਦੇ ਤੇ ਇਹ ਸੁਨਹਿਰਾ ਮੌਕਾ ਅਪਲਾਈ ਕਰਨ ਦਾ ਆਸਟ੍ਰੇਲੀਆ ਇੱਕ ਇਕਲੋਤੀ ਕੰਟਰੀ ਜਿੱਥੇ ਕੁਆਲਿਟੀ ਦੀ ਆਪਾਂ ਗੱਲ ਕਰਦੇ ਤੇ এডੂਕੇਸ਼ਨ ਤੇ ਵਰਕ ਦਾ ਜਦੋਂ ਆਪਾਂ এমਪਲੋਇਮੈਂਟ ਦਾ ਸੋਚਦੇ ਦੋਨੋਂ ਹੀ ਆਪਸ਼ਨ ਤੁਹਾਨੂੰ ਵਧੀਆ ਮਿਲਦੇ ਆ ਤੇ ਨਾਲੇ ਕੋਰਸੇ ਦੀ ਆਪਾਂ ਗੱਲ ਕਰਦੇ ਸੋ ਵਾਈਡ ਵੈਰਾਈਟੀ ਆਫ ਕੋਰਸੇ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਮਿਲਦੇ ਆ ਤੇ ਤੁਸੀਂ ਉਹਦੇ ਵਿੱਚ ਜਿੰਨੇ ਆਪਸ਼ਨ ਚਾਹਦੇ ਹੋ ਮਿਲ ਸਕਦੇ ਆ ਤੇ ਆਪਾਂ ਵੇਜਸ ਦੀ ਵੀ ਜਦੋਂ ਗੱਲ ਕਰਦੇ ਆ ਤੇ ਆਸਟ੍ਰੇਲੀਆ ਆਲਰੇਡੀ ਤੁਹਾਡੇ ਜਿਹੜੇ ਵੇਜਸ ਐ ਵਰਕ ਪਰਮਿਟ ਜਿਹਨਾਂ ਨੂੰ ਮਿਲਣ ਵਾਲਾ ਉਹ ਵਾਦਾ ਚੁੱਕਿਆ ਸੋ ਉੱਥੇ ਵੀ ਤੁਸੀਂ ਇਹਦਾ ਬੈਨੀਫਿਟ ਚੱਕ ਸਕਦੇ ਹੋ ਸੋ ਓਵਰঅল ਪ੍ਰੋਸੈਸ ਬਹੁਤ ਹੀ ਸਿੰਪਲ ਹੈ ਕਿ ਬਹੁਤ ਵਾਦੂ ਲੱਗ ਜਾਂਦੇ ਤੇ ਆਪਣਾ ਸਕਸੈਸ ਰੇਟ ਦੀ ਵੀ ਆਪਾਂ ਜਦੋਂ ਗੱਲ ਕਰਦੇ ਤੇ ਹਰ ਇੱਕ ਚੀਜ਼ ਇੱਕ ਕੜੀ ਦੂਜੀ ਕੜੀ ਨੂੰ ਜੋੜਦੀ ਹੈ ਸੋ ਮੇਕ ਸ਼ੋਰ ਜੇ ਤੁਸੀਂ 22 ਪਾਸ ਆਊਟ ਹੋ 23 ਪਾਸ ਆਊਟ ਹੋ ਦੋਨਾਂ ਲਈ ਸਾਲ ਦਾ ਲਾਸਟ ਇਨਟੇਕ ਹੈ ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਸਟੱਡੀ ਦੇ ਵਿੱਚ ਗੈਪ ਆਉ ਜਾਂ 22% ਸਟੂਡੈਂਟ ਨਹੀਂ ਚਾਹੁੰਦੇ ਕਿ ਤੁਹਾਡੇ ਲਈ ਆਸਟ੍ਰੇਲੀਆ ਦਾ ਆਪਸ਼ਨ ਹੀ ਖਤਮ ਹੋ ਜੇ ਸੋ ਮੇਕ ਸ਼ੋਰ ਹੁਣੇ ਹੀ ਅਪਲਾਈ ਕਰੋ ਤੇ ਆਪਣੀ ਜਿਹੜੀ ਸੀਟ ਹੈ ਉਹ ਸਿਕਿਉਰ ਕਰੋ जी बिल्कुल सो टाइमली सही प्रोसैस के सको इसलिए असं योरमेस सारी थोड़े को टाइमली लैके पहुँच जाने फिर भी कोई सवाल है कोई डाउट है इस नंबर से कॉल जरूर कर सद तो पूरी इन्फोरमेस केइट ऑप्शन के नए अपना वीज़ा हासिल करो बहुत बहुत थैंक्स कीर्ति अज काफ़ी डिटेल यूडेंट्स की स्टूडेंट्स जरूर कहना चाहेंगे इसके अलावा भी थोड़े कोई होर सवाल ने कमेंट सैक्शन भी अपने सवाल साढ़े नाझे कर सद अज देस एना ही जल्दी ही मिलेंगे थैंक यू सो मच थैंक यू